ਭਾਗ ਸਿੰਘ ਉਹ ਕੰਮ ਕਰਨ ਵਾਸਤੇ ਗਿਆ, ਇੱਕ ਥਾਂ 'ਤੇ ਗਿਆ ਅਤੇ ਉੱਥੇ ਉਹਨੂੰ ਕੀਰਤਨ ਦੀ ਆਵਾਜ਼ ਆਈ। ਜਦੋਂ ਕੀਰਤਨ ਦੀ ਆਵਾਜ਼ ਆਈ ਤਾਂ ਉਹ ਵੀ ਉੱਥੇ ਬੈਠ ਗਿਆ। ਐਸੀ ਲਿਵ ਲੱਗੀ ਬਾਬਾ ਜੀ ਦਾ ਬਚਨ ਸੀ ਇਹ ਕੰਮ ਕਰਕੇ ਰਾਤ ਨੂੰ ਵਾਪਸ ਆ ਜਾਣਾ, ਪਰ ਉਹਦੇ ਕੋਲੋਂ ਉੱਥੇ ਉੱਠਿਆ ਹੀ ਨਹੀਂ ਗਿਆ। ਉੱਥੇ ਬੈਠ ਕੇ ਇੱਕ ਧਾਰਨਾ ਪੜ੍ਹੀ ਜਾ ਰਹੀ ਸੀ, ਉਹ ਸਾਰੀ ਰਾਤ ਉੱਥੇ ਕੀਰਤਨ ਹੀ ਸੁਣਦਾ ਰਿਹਾ। ਸਵੇਰੇ ਆਇਆ, ਬਾਬਾ ਜੀ ਕਹਿਣ ਲੱਗੇ ਤੂੰ ਬਹੁਤ ਲੇਟ ਹੋ ਗਿਆ, ਤੈਨੂੰ ਜਲਦੀ ਆਉਣ ਵਾਸਤੇ ਕਿਹਾ ਸੀ। ਕਹਿੰਦਾ ਬਾਬਾ ਜੀ ਮੈਂ ਤਾਂ ਜਲਦੀ ਆ ਜਾਣਾ ਸੀ, ਪਰ ਮੈਂ ਰਸਤੇ ਜਦੋਂ ਮੈਂ ਜਾ ਰਿਹਾ ਸੀ ਨਾ, ਕਹਿੰਦੇ ਇੱਕ ਜਗ੍ਹਾ ਕੀਰਤਨ ਹੋ ਰਿਹਾ ਸੀ, ਅਤੇ ਮਹਾਰਾਜ ਕੀਰਤਨ ਵੀ ਇੰਨਾ ਆਨੰਦਮਈ ਹੋ ਰਿਹਾ ਸੀ ਨਾ, ਅਤੇ ਮੇਰੇ ਕੋਲੋਂ ਇੱਕ ਕਦਮ ਵੀ ਨਹੀਂ ਪੁੱਟਿਆ ਗਿਆ, ਬਾਬਾ ਜੀ ਮੈਂ ਤਾਂ ਉੱਥੇ ਬੈਠ ਗਿਆ, ਉੱਥੇ ਮੇਰੀ ਸੁੱਧ ਬੁੱਧ ਭੁੱਲ ਗਈ। ਗੁਰੂ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ, ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ, ਮਨ ਆਸਾ ਚਿੰਤ ਚਿਤਾਰੀ। ਬਾਬਾ ਜੀ ਕਹਿਣ ਲੱਗੇ ਉਹ ਦਰਗਾਹੀ ਮਹਾਂਪੁਰਖ ਕਮਾਈ ਵਾਲੇ ਕੀਰਤਨ ਕਰ ਰਹੇ ਸੀ, ਬਾਬਾ ਅਤਰ ਸਿੰਘ ਜੀ ਮਹਾਰਾਜ, ਤਾਂ ਕਰਕੇ ਬਾਬਾ ਜੀ ਕਹਿੰਦੇ ਉਹ ਤਾਂ ਦਰਗਾਹੀ ਸੰਤ ਨੇ, ਹਜ਼ੂਰ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀਆਂ ਵੀ ਬੜੀਆਂ ਖੁਸ਼ੀਆਂ ਬਰਕਤਾਂ ਲੈ ਕੇ ਆਏ ਨੇ, ਅਤੇ ਕਹਿੰਦੇ ਬਾਬਾ ਜੀ ਉਹ ਧਾਰਨਾ ਹੀ ਇੰਨੇ ਪ੍ਰੇਮ ਵਾਲੀ ਪੜ੍ਹ ਰਹੇ ਸੀ। ਜਿੱਥੇ ਵੱਸਦੇ ਨੇ ਸੰਤ ਪਿਆਰੇ, ਜਿੱਥੇ ਕਹਿੰਦੇ ਰੱਬ ਦੇ ਪਿਆਰੇ ਆਪ ਰਹਿੰਦੇ ਨੇ ਨਾ, ਸੰਤ ਰਹਿੰਦੇ ਨੇ, ਉਹ ਧਰਤੀ ਉਹ ਨਗਰ ਉਹ ਜਗ੍ਹਾ ਬੇਕੁੰਠ ਬਣ ਜਾਂਦਾ ਹੈ। ਬੇਕੁੰਠ ਨਗਰ ਜਹਾਂ ਸੰਤ ਵਸ, ਬੇਕੁੰਠ ਉਹ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਉਹ ਨਗਰੀ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਉਹ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਉਹ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਉਹ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਉਹ ਨਗਰੀ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਨਗਰੀ ਜਿੱਥੇ ਵੱਸਦੇ ਨੇ ਸੰਤ ਪਿਆਰੇ, ਬੇਕੁੰਠ ਉਹ ਨਗਰੀ ਉਹ ਨਗਰੀ ਬੇਕੁੰਠ ਆ ਜਿੱਥੇ ਰੱਬ ਆਪ ਵੱਸਦਾ ਹੈ, ਜਿੱਥੇ ਬਾਬਾ ਜੀ ਆਪ ਵੱਸਦੇ ਨੇ। ਧੰਨ ਧੰਨ ਬਾਬਾ ਮਹਾਰਨਾਮ ਸਿੰਘ ਜੀ ਮਹਾਰਾਜ, ਉਹਨਾਂ ਦੇ ਕੋਲ ਸੇਵਾਦਾਰ ਸੀ ਭਾਈ ਕੇਸਰ ਸਿੰਘ, ਅਤੇ ਕੇਸਰ ਸਿੰਘ ਵੇਖੋ ਬਾਬਾ ਜੀ ਦੇ ਸੇਵਾਦਾਰਾਂ ਦੇ ਵਿੱਚ ਕਿੰਨੀ ਬਖਸ਼ਿਸ਼ ਸੀ। ਕੇਸਰ ਸਿੰਘ ਦਾ ਨੇਮ ਬਣ ਗਿਆ, ਪਹਿਲਾਂ 10 ਪਾਠ, 20 ਪਾਠ, 50 ਪਾਠ, 100 ਪਾਠ, 150 ਪਾਠ ਰੋਜ਼ ਦਾ ਜਪਜੀ ਸਾਹਿਬ ਦਾ ਰੂਟੀਨ ਸੀ। ਕੇਸਰ ਸਿੰਘ ਦਾ ਰੋਜ਼ ਦਾ 150 ਪਾਠ ਉਹਨੇ ਕਰਨਾ, ਅਤੇ ਬਾਬਾ ਜੀ ਕਹਿਣ ਲੱਗੇ ਕੇਸਰ ਸਿੰਘ ਹੁਣ ਤੇਰੇ ਵਿੱਚ ਕਹਿੰਦੇ ਇੰਨੀ ਤਾਕਤ ਆ ਗਈ ਹੈ, ਰੱਬ ਨੇ ਤੇਰੇ 'ਤੇ ਇੰਨੀ ਕਿਰਪਾ ਕਰ ਦਿੱਤੀ ਹੈ,
ਤੂੰ ਮਰਿਆਂ ਦੇ ਵਿੱਚ ਵੀ ਜਾਨ ਪਾ ਸਕਦਾ। ਤੂੰ ਚਾਹੇ ਨਾ ਤਾਂ ਮਰੇ ਨੂੰ ਵੀ ਜਿੰਦਾ ਕਰ ਸਕਦਾ ਹੈ, ਪਰ ਕਹਿੰਦੇ ਕਰਨਾ ਨਹੀਂ, ਕਰੇਗਾ ਤਾਂ ਰੱਬ ਦਾ ਸ਼ਰੀਕ ਬਣ ਜਾਵੇਗਾ। ਵੇਖੋ ਜਿਹੜੇ ਬਾਬਾ ਜੀ ਦੇ ਸੇਵਾਦਾਰਾਂ ਦੇ ਵਿੱਚ ਇੰਨੀ ਸ਼ਕਤੀ ਸੀ, ਉਹ ਆਪ ਕਿੱਡੇ ਵੱਡੇ ਮਹਾਂਪੁਰਖ, ਦਰਸ਼ਨ ਕਰਨ ਜਾਣੇ ਜਿੰਨੇ ਵੀ ਬਾਬਾ ਜੀ ਦੇ, ਬਾਬਾ ਜੀ ਨੇ ਨਾਂ ਲਿਖਾ ਲੈਣਾ, ਹੋਰ ਵੀ ਜਿੰਨੇ ਰਿਸ਼ਤੇਦਾਰਾਂ ਦੇ ਨਾਂ ਯਾਦ ਹੋਣੇ, ਨਾਨਕਿਆਂ ਦੇ, ਦਾਦਕਿਆਂ, ਸਾਰੇ ਲਿਖਾ ਕੇ ਅਤੇ ਨੀਲੇ ਸੇਵਾਦਾਰ ਨੂੰ ਕਹਿੰਦਾ ਨੀਲਿਆ ਧਰਮਰਾਜ ਨੂੰ ਆਵਾਜ਼ ਮਾਰ। ਅਤੇ ਧਰਮਰਾਜ ਨੇ ਜਦੋਂ ਹਾਜ਼ਰ ਹੋਣਾ, ਕਹਿ ਲੈਣਾ ਇਹਨਾਂ ਸਾਰਿਆਂ ਦਾ ਲੇਖਾ ਪਾੜ ਦੇ, ਕਿਉਂਕਿ ਭੁੱਚੋ ਵਾਲੇ ਬਾਬਾ ਮਹਾਰ ਨਾਮ ਸਿੰਘ ਮਹਾਰਾਜ ਬਚਨ ਕਰਦੇ ਸਨ, ਕਹਿੰਦੇ ਸਾਡੇ ਕੋਲ ਜਿੰਨੇ ਵੀ ਸੇਵਾਦਾਰ ਨੇ ਨਾ, ਅਤੇ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਪਾਪ ਪੁੰਨ ਸਾਨੂੰ ਦੇ ਦਿੱਤੇ ਨੇ, ਤੁਹਾਡੇ ਜਿੰਨੇ ਵੀ ਪਾਪ ਨੇ ਪੁੰਨ ਨੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੇ ਦਿੱਤੇ ਨੇ, ਇਹਨਾਂ ਦਾ ਲੇਖਾ ਜੋਖਾ ਕਹਿੰਦੇ ਤੁਸੀਂ ਆਪ ਹੀ ਕਰ ਲਿਓ। ਐਡੇ ਵੱਡੇ ਬਾਬਾ ਜੀ, ਇਸੇ ਕਰਕੇ ਜਿਹੜੇ ਬਾਬਾ ਜੀ ਕੋਲ ਰਹਿੰਦੇ ਸੀ, ਜਿਹਨੇ ਬਾਬਾ ਜੀ ਕੋਲ ਆਉਣਾ ਅਤੇ ਬਾਬਾ ਜੀ ਨੇ ਸਾਰਿਆਂ ਦਾ ਲੇਖਾ ਪਾੜ ਦੇ ਸੀ। ਸੋ ਆਪ ਜੀ ਵੀ ਬੜੇ ਭਾਗਾਂ ਵਾਲੇ, ਕਰਮਾਂ ਵਾਲੇ ਹੋ, ਜਿੱਥੇ ਬਾਬਾ ਜੀ ਨੇ ਆਪ ਆਣ ਕੇ ਕਿਰਪਾ ਕੀਤੀ, ਮਿਹਰ ਕੀਤੀ ਹੈ, ਅਨਮੋਲਕ ਬਚਨ ਆਪ ਜੀ ਨੇ ਸੁਣੇ ਨੇ, ਮਹਾਂਪੁਰਖ ਆਉਂਦੇ ਨੇ ਬਚਨ ਕਰਦੇ ਨੇ, ਉਹਨਾਂ ਦਾ ਬਚਨ ਜਿਨ੍ਹਾਂ ਨੇ ਕਮਾ ਲਿਆ ਉਹ 'ਤੇ ਮਿਹਰ ਹੋ ਜਾਂਦੀ। ਬਚਨ ਕਮਾਉਣਾ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਰੇ, ਜਿਹੜਾ ਬਚਨ ਕਮਾ ਲੈਂਦਾ ਹੈ ਉਹ 'ਤੇ ਕਿਰਪਾ ਹੋ ਜਾਂਦੀ ਹੈ। ਇੱਕ ਵਾਰ ਬਾਬਾ ਮਹਾਰ ਨਾਮ ਸਿੰਘ ਜੀ ਮਹਾਰਾਜ ਨੇ ਪਟਿਆਲੇ ਵਾਲੇ ਰਾਜੇ ਨੂੰ ਸੱਦਿਆ, ਜਦੋਂ ਰਾਣੀਆਂ ਸਮੇਤ ਆਇਆ, ਫਿਰ ਬਾਬਾ ਜੀ ਨੇ ਉਹਨਾਂ ਨੇ ਇੱਕ ਸਾਖੀ ਸੁਣਾਈ ਪਟਿਆਲੇ ਵਾਲੇ ਰਾਜੇ ਨੂੰ। ਬਾਬਾ ਜੀ ਕਹਿਣ ਲੱਗੇ ਤੇਰੇ ਵੱਡਿਆਂ ਵਡੇਰਿਆਂ ਨੇ ਪਿੱਛੇ ਬੜੀ ਸੇਵਾ ਕੀਤੀ, ਉਹਨਾਂ ਨੇ ਬਹੁਤ ਬੰਦਗੀ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਜਿਨ੍ਹਾਂ ਦੇ ਸਦਕਾ ਤੁਹਾਨੂੰ ਆ ਰਾਜ ਭਾਗ ਮਿਲੇ ਹੋਏ ਨੇ, ਤੁਸੀਂ ਰਾਜ ਕਰ ਰਹੇ ਜੇ, ਇਹਨਾਂ ਆਨੰਦ ਮਾਣ ਰਹੇ ਜੇ, ਇਹ ਤੁਹਾਡੇ ਵੱਡਿਆਂ ਵਡੇਰਿਆਂ ਦੀ ਸੇਵਾ ਦਾ ਫਲ ਆ, ਅਤੇ ਜੇ ਤੁਸੀਂ ਹੁਣ ਵੀ ਗਾਂ ਉਵੇਂ ਸੇਵਾ ਨਿਭਾਉਂਦੇ ਰਹੋਗੇ, ਸੇਵਾ ਕਰੋਗੇ, ਗੁਰੂ ਘਰ ਦੀ ਜੁੜੇ ਰਹੋਗੇ, ਬਾਣੀ ਪੜ੍ਹਦੇ ਰਹੋਗੇ, ਮਹਾਂਪੁਰਖਾਂ ਦੀ ਸੰਗਤ ਕਰਦੇ ਰਹੋਗੇ, ਇਹ ਤੁਹਾਡੇ ਰਾਜ ਭਾਗ ਟੱਲ ਰਹਿਣਗੇ, ਜੇ ਨਹੀਂ ਕਰੋਗੇ ਤਾਂ ਕਹਿ। ਬਾਬਾ ਜੀ ਕਹਿੰਦੇ ਰਾਜ ਭਾਗ ਨਹੀਂ ਰਹਿਣੇ। ਫਿਰ ਬਾਬਾ ਜੀ ਨੇ, ਜੋ ਰਾਣੀ ਦਲੀਪ ਕੌਰ ਬਾਬਾ ਜੀ ਦੀ ਬੜੀ ਸ਼ਰਧਾ ਰੱਖਦੀ ਸੀ, ਰੱਬ ਵਾਂਗ ਮੰਨਦੀ ਸੀ ਬਾਬਾ ਜੀ ਨੂੰ, ਬਹੁਤ ਵਾਰ ਬਾਬੇ ਨੇ ਰਾਜੇ ਦੀ ਰੱਖਿਆ ਕੀਤੀ। ਇੱਕ ਵਾਰ ਰਾਜਾ ਬਾਹਰ ਵਿਦੇਸ਼ ਗਿਆ, ਉੱਥੇ ਗੋਰਿਆਂ ਨੇ ਰਾਜੇ ਨੂੰ ਸ਼ਰਾਬ ਪਿਆ ਕੇ ਕੋਰੇ ਕਾਗਜ਼ 'ਤੇ ਸਾਈਨ ਕਰਾ ਲਏ, ਅਤੇ ਰਾਜੇ ਨੇ ਸਾਰੀ ਸੰਪਤੀ ਜਿਹੜੀ ਆ ਉਹ ਸਰਕਾਰ, ਬ੍ਰਿਟਿਸ਼ ਸਰਕਾਰ ਦੇ ਨਾਂ ਕਰ ਦਿੱਤੀ। ਜਦੋਂ ਇਹ ਗੱਲ ਦਾ ਪਤਾ ਰਾਣੀ ਨੂੰ ਲੱਗਾ, ਰਾਣੀ ਬੜਾ ਰੋਈ, ਉਹ ਉਸੇ ਵੇਲੇ ਚਲੀ ਗਈ ਬਾਬਾ ਜੀ ਦੇ ਕੋਲ, ਭੁੱਚੋ ਆ ਗਈ। ਜਦੋਂ ਆਣ ਕੇ ਰਾਣੀ ਰੋਣ ਲੱਗੀ, ਬਾਬਾ ਜੀ ਕਹਿੰਦੇ ਕਿਉਂ ਰੋਂਦੀ ਹੈ, ਜਾ ਕੇ ਲੰਗਰ ਛਕੋ, ਕੁਝ ਨਹੀਂ ਹੁੰਦਾ। ਕਹਿੰਦੀ ਬਾਬਾ ਜੀ ਸਾਡਾ ਤਾਂ ਸਾਰਾ ਰਾਜ ਭਾਗ, ਅਸੀਂ ਤਾਂ ਭਿਖਾਰੀ ਬਣ ਜਾਵਾਂਗੇ, ਤਾਂ ਗੋਰਿਆਂ ਨੇ ਕੋਰੇ ਕਾਗਜ਼ 'ਤੇ ਸਾਈਨ ਕਰਾ ਕੇ ਸਾਰਾ ਕੁਝ ਆਪਣੇ ਨਾਂ ਕਰਾ ਲਿਆ ਹੈ। ਜਦੋਂ ਰਾਣੀ ਨੇ ਜ਼ਿਆਦਾ ਜ਼ੋਰ ਲਾਇਆ ਰੋਂਦੀ ਲਈ, ਬਾਬਾ ਜੀ ਕਹਿਣ ਲੱਗੇ ਜਾ, ਉਹ ਸਾਹਮਣੇ ਜਿਹੜੀ ਬੋਰੀ ਪਈ ਆ ਨਾ, ਉਹਦੇ ਥੱਲੇ ਕਾਗਜ਼ ਪੈਨ ਕੱਢ ਕੇ ਲੈ ਆ। ਕਿੱਥੇ ਇੰਗਲੈਂਡ ਦੇ ਵਿੱਚ ਰਾਜਾ ਸਾਈਨ ਕਰਕੇ ਆਇਆ, ਅਤੇ ਬਾਬਾ ਜੀ ਨੇ ਇੱਥੋਂ ਸਾਈਨ ਸਾਰੇ ਕਾਗਜ਼ ਕੱਢ ਕੇ ਫੜਾ ਤੇ। ਭਾਵ ਜਿਹੜਾ ਵੀ ਦਰ 'ਤੇ ਆਇਆ ਨਾ, ਖਾਲੀ ਬਾਬਾ ਜੀ ਬਚਨ ਕਰ ਰਹੇ ਸੀ ਨਾ, ਅਤੇ ਅਸੀਂ ਆਪਣੇ ਅੱਖੀ ਹੁਣ ਤੱਕ ਜਿਹੜਾ ਦੇਖਦੇ ਆਏ ਹਾਂ, ਅਤੇ ਕਿੰਨੇ ਭੁੱਚੋ ਸਾਹਿਬ ਆਉਂਦੇ ਨੇ, ਹਜ਼ੂਰ ਸਾਹਿਬ, ਹਰਿਮੰਦਰ ਸਾਹਿਬ, ਕਿੰਨੇ ਆਣ ਕੇ ਉੱਥੇ ਬੇਨਤੀਆਂ ਕਰਦੇ ਨੇ, ਕਹਿੰਦੇ ਕੋਈ ਖਾਲੀ ਮੋੜਿਆ ਨਹੀਂ ਵੇਖਿਆ, ਕਦੀ ਨਿਰਾਸ਼ਾ ਨਹੀਂ ਮੋੜਿਆ ਵੇਖਿਆ, ਹਰ ਕਿਸੇ ਦੀ ਝੋਲੀ ਭਰਦੀ ਆ, ਭਾਵਨਾ ਦੀ ਲੋੜ ਆ, ਝੋਲੀ ਤਾਂ ਹਰ ਕਿਸੇ ਦੀ ਭਰ ਜਾਂਦੀ ਹੈ, ਸ਼ਰਧਾ ਭਾਵਨਾ ਦੀ ਲੋੜ। ਫਿਰ ਬਾਬਾ ਜੀ ਨੇ ਉਹਨਾਂ ਨੂੰ ਇੱਕ ਬਚਨ ਸੁਣਾਇਆ, ਸਾਖੀ ਸੁਣਾਈ, ਆਪ ਬਾਬਾ ਮਹਾਰ ਨਾਮ ਸਿੰਘ ਮਹਾਰਾਜ ਨੇ
ਉਹ ਬਾਬੇ ਕੋਲ ਲਿਖਤਾਂ ਪਈਆਂ ਨੇ ਉੱਤੇ, ਬਾਬਾ ਜੀ ਸਾਰਾ ਕੁਝ ਜੋ ਬਚਨ ਕਰਦੇ ਸੀ ਨਾ ਉਹ ਲਿਖਦੇ ਹੁੰਦੇ ਸੀ, ਉਹ ਲਿਖਤਾਂ ਸਾਰੀਆਂ ਪੁੱਚੋਸਾ ਪਈਆਂ ਹੋਈਆਂ ਨੇ। ਅਤੇ ਬਾਬਾ ਜੀ ਕਹਿਣ ਲੱਗੇ, ਫਿਰ ਉਹਨਾਂ ਨੇ ਸਾਖੀ ਸੁਣਾਈ ਉਸ ਸਮੇਂ ਰਾਣੀਆਂ ਨੂੰ। ਬਾਬੇ ਕਹਿੰਦੇ ਇੱਕ ਸੇਠ ਸੀ, ਬੜਾ ਧਰਮੀ ਸੀ, ਸੰਤ ਸੇਵਕ ਸੀ, ਮਹਾਂਪੁਰਖਾਂ ਨੂੰ ਮੰਨਣ ਵਾਲਾ ਸੀ, ਰੱਬ ਨੂੰ ਮੰਨਣ ਵਾਲਾ ਸੀ, ਬੜੀ ਬਾਣੀ ਪੜ੍ਹਦਾ ਸੀ, ਨਾਮ ਜਪਦਾ ਸੀ, ਦਸਵੰਧ ਕੱਢਦਾ ਸੀ, ਗੁਰੂ 'ਤੇ ਭਰੋਸਾ ਰੱਖਣ ਵਾਲਾ ਸੀ। ਕਿਸੇ ਨੇ ਦੱਸ ਪਾਈ ਤੇ ਫਲਾਣੇ ਦੇਸ਼ ਵਿੱਚ ਉੱਥੇ ਜਿਹੜੀ ਆਹ ਚੀਜ਼ ਦੀ ਕੀਮਤ ਬਹੁਤ ਜ਼ਿਆਦਾ ਹੈ, ਸੋਨੇ ਦਾ ਵਪਾਰੀ ਸੀ, ਉਹਨੇ ਆਪਣਾ ਜਿੰਨਾ ਵੀ ਧਨ ਸੀ ਸਾਰਾ ਇੱਕ ਵਿਹੜੇ ਵਿੱਚ ਲੋਡ ਕਰਾ ਲਿਆ, ਭਰ ਲਿਆ, ਉਹ ਭਰ ਕੇ ਅਤੇ ਦੂਸਰੇ ਦੇਸ਼ ਵਪਾਰ ਕਰਨ ਵਾਸਤੇ ਚੱਲਿਆ ਏ। ਦੂਸਰੇ ਦੇਸ਼ ਚੱਲਿਆ, ਨਾਲ ਇੱਕ ਆਪਣੇ ਨੌਕਰ ਨੂੰ ਰਹਿ ਲਿਆ, ਕਹਿਣ ਲੱਗਾ ਉੱਥੋਂ ਆਪਾਂ ਜਾਵਾਂਗੇ, ਜਦੋਂ ਵਪਾਰ ਕਰਾਂਗੇ ਤਾਂ ਡਬਲ ਕਮਾਈ ਕਰਕੇ ਧਨ ਕਮਾ ਕੇ ਵਾਪਸ ਆਵਾਂਗੇ। ਉਹ ਜਾਣ ਲੱਗੇ ਨੇ, ਉੱਥੇ ਇੱਕ ਮਹਾਂਪੁਰਖ ਆ ਗਈ, ਮਹਾਂਪੁਰਖ ਕਹਿਣ ਲੱਗੇ ਕਿੱਥੇ ਚੱਲੇ? ਔਰ ਉਹ ਸ਼ਾਹੂਕਾਰ ਕਹਿਣ ਲੱਗਾ ਜੀ ਅਸੀਂ ਚੱਲੇ ਹਾਂ ਦੂਸਰੇ ਦੇਸ਼ ਵਪਾਰ ਕਰਨ। ਸੰਤ ਕਹਿਣ ਲੱਗੇ ਸਾਨੂੰ ਵੀ ਨਾਲ ਲੈ ਜਾ, ਅਤੇ ਸਾਨੂੰ ਵੀ ਨਾਲ ਲੈ ਜਾ, ਅਸੀਂ ਵੀ ਤੇਰੇ ਨਾਲ ਜਾਣਾ ਹੈ। ਉਹ ਕਹਿਣ ਲੱਗਾ ਇਸ ਤੋਂ ਵੱਡੀ ਹੋਰ ਕੀ ਕਿਰਪਾ ਹੋ ਸਕਦੀ ਆ, ਅਤੇ ਸੰਤ ਮੇਰੇ ਨਾਲ ਜਾਣ, ਅਤੇ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਮੇਰੇ ਨਾਲ ਮੇਰੇ ਵਿਹੜੇ ਵਿੱਚ ਬੈਠ ਕੇ ਜਾਣਗੇ, ਅਤੇ ਮੈਨੂੰ ਕੋਈ ਗੁਰੂ ਘਰ ਦੀ ਗੱਲ ਸੁਣ ਕੇ ਸੁਣਾਉਣਗੇ, ਮੇਰਾ ਪਾਪੀ ਦਾ ਭਲਾ ਹੋ ਜਾਵੇਗਾ, ਕਿਉਂਕਿ ਰੱਬ ਨੂੰ ਮੰਨਣ ਵਾਲਾ ਸੀ ਨਾ। ਜਦੋਂ ਸੰਤ ਜਾ ਰਹੇ ਨੇ, ਸੰਤਾਂ ਨੇ ਕਹਿਣ ਲੱਗੇ ਸ਼ਾਹੂਕਾਰ ਤੈਨੂੰ ਚਾਰ ਬਚਨ ਕਰਨੇ ਨੇ, ਮੰਨੇਗਾ? ਕਹਿੰਦਾ ਮਹਾਰਾਜ ਹੁਕਮ ਕਰੋ, ਜੋ ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋਗੇ, ਜ਼ਰੂਰ ਮੰਨਾਂਗਾ। ਪਹਿਲਾ ਬਚਨ ਉਹਨਾਂ ਨੇ ਕੀਤਾ, ਅਤੇ ਜੇ ਕਿਤੇ ਤੈਨੂੰ ਦਿਹਾੜੀ ਕਰਨੀ ਪਵੇ ਨਾ, ਮਜ਼ਦੂਰੀ ਕਰਨੀ ਪਵੇ, ਤਾਂ ਕਰ ਲੈਵੀਂ, ਮਨ ਦੇ ਵਿੱਚ ਰੋਸ ਨਾ ਕਰੀ, ਅਤੇ ਮੈਂ ਐਡਾ ਵੱਡਾ ਸ਼ਾਹੂਕਾਰ ਅਤੇ ਮੈਂ ਦਿਹਾੜੀ ਕਰਾਂ, ਇਹ ਨਾ ਸੋਚੀ ਮਨ ਦੇ ਵਿੱਚ। ਦੂਸਰਾ ਬਾਬਾ ਜੀ ਕਹਿਣ ਲੱਗੇ, ਜੇ ਰੱਬ ਤੇਰੇ ਨੌਕਰ ਨੂੰ ਵੱਡਾ ਆਦਮੀ ਬਣਾ ਦੇਵੇ ਨਾ, ਵੱਡਾ ਆਦਮੀ, ਤਾਂ ਮਨ ਦੇ ਵਿੱਚ ਵਿਤਕਰਾ ਨਾ ਕਰੀ, ਈਰਖਾ ਨਾ ਕਰੀ, ਉਹ ਗੁਰੂ ਦਾ ਭਾਣਾ ਮੰਨ ਲਵੀ। ਤੀਸਰਾ ਬਚਨ ਕੀਤਾ, ਜੇ ਕੋਈ ਲੰਗਰ ਛਕਣ ਵਾਸਤੇ ਆਖੀਏ ਨਾ, ਪ੍ਰਸ਼ਾਦਾ ਛਕਣ ਵਾਸਤੇ, ਤਾਂ ਪ੍ਰਸ਼ਾਦਾ ਛਕ ਲੈਣਾ, ਮਨਾ ਨਹੀਂ ਕਰਨਾ। ਚੌਥਾ ਬਚਨ ਕੀਤਾ ਬਾਬਾ ਜੀ ਨੇ, ਜਿੱਥੇ ਈਰਖਾਬਾਜ਼ੀ ਹੋਣ ਲੱਗ ਪਏ ਨਾ, ਉਹ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ ਚਲੇ ਜਾਣਾ, ਆਪਣਾ ਜੀਵਨ ਹਰਾਮ ਨਹੀਂ ਕਰਨਾ ਉੱਥੇ ਰਹਿ ਕੇ, ਉਹ ਈਰਖਾ ਦੇ ਵਿੱਚ ਰਹਿ ਕੇ ਆਪਦਾ ਜੀਵਨ ਨਹੀਂ ਖਰਾਬ ਕਰਨਾ, ਉਹ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਚਲੇ ਜਾਣਾ। ਇੰਨੇ ਬਚਨ ਕੀਤੇ ਮਹਾਂਪੁਰਖਾਂ ਨੇ, ਥੋੜ੍ਹੀ ਗਾਂਝ ਰੱਖ ਕੇ ਕਹਿੰਦੇ, ਉਸੇ ਵੇਲੇ ਸਮੁੰਦਰ ਦੇ ਵਿੱਚ ਇਹੋ ਜਿਹੀਆਂ ਛੱਲਾਂ ਆਈਆਂ ਜਿਨ੍ਹਾਂ ਨੇ ਬੇੜਾ ਡੋਬ ਦਿੱਤਾ। ਉਹ ਸੰਤ ਵੀ ਅਲੋਪ ਗਏ, ਉਹ ਸ਼ਾਹੂਕਾਰ ਦਾ ਬੇੜਾ ਵੀ ਡੁੱਬ ਗਿਆ, ਸਾਰਾ ਸਮਾਨ ਵੀ ਡੁੱਬ ਗਿਆ, ਪਰ ਗੁਰੂ ਦੀ ਕਿਰਪਾ ਨਾਲ ਜਿਹੜਾ ਸ਼ਾਹੂਕਾਰ ਦੇ ਨੌਕਰ ਸੀ ਨਾ, ਉਹ ਕਿਨਾਰੇ ਲੱਗ ਗਏ। ਉਹ ਕਿਵੇਂ ਵੀ ਗੁਰੂ ਸਾਹਿਬਾਂ ਨੇ ਮਿਹਰ ਕੀਤੀ, ਉਹ ਕਿਨਾਰੇ ਲੱਗ ਗਏ, ਪਰ ਬੇੜਾ ਤਾਂ ਸਾਰਾ ਡੁੱਬ ਗਿਆ, ਅਤੇ ਸੰਤ ਵੀ ਨਾਲ ਹੀ ਅਲੋਪ ਹੋ ਗਏ। ਹੁਣ ਜਦੋਂ ਕਿਨਾਰੇ 'ਤੇ ਪਏ ਹੋਏ ਨੇ, ਹੋਸ਼ ਆਈ, ਉੱਠੇ ਨੇ, ਅਤੇ ਸ਼ਾਹੂਕਾਰ ਬੜਾ ਮਨ ਦੇ ਵਿੱਚ ਵਿਰਾਗ, ਰੋਣ ਲੱਗਾ, ਅਤੇ ਮੈਂ ਤਾਂ ਕੰਗਾਲ ਹੋ ਗਿਆ, ਮੇਰਾ ਬੇੜਾ ਹੀ ਤਬਾਹ ਹੋ ਗਿਆ, ਮੇਰਾ ਸਾਰਾ ਜ਼ਿੰਦਗੀ ਦੀ ਮਿਹਨਤ ਦੀ ਕਮਾਈ, ਸਾਰੀ ਉਮਰ ਦੀ ਕਮਾਈ, ਧਨ ਸਾਰਾ ਰੁੜ ਗਿਆ ਸਮੁੰਦਰ ਦੇ ਵਿੱਚ, ਮੇਰੇ ਤਾਂ ਪੱਲੇ ਕੁਝ ਨਹੀਂ ਰਹਿ ਗਿਆ, ਮੈਂ ਤਾਂ ਭਿਖਾਰੀ ਬਣ ਗਿਆ। ਉਸੇ ਸਮੇਂ ਇੱਕ ਉਹਨਾਂ ਕੋਲ ਇਨਸਾਨ ਆਇਆ, ਕਹਿਣ ਲੱਗੇ ਦਿਹਾੜੀ ਕਰੇਗਾ, ਦਿਹਾੜੀ ਮਜ਼ਦੂਰੀ ਕਰੇਗਾ, ਡਬਲ ਮਜ਼ਦੂਰੀ ਦੇਵਾਂਗੇ। ਉਹ ਸੇਠ ਨੂੰ ਮਹਾਂਪੁਰਖਾਂ ਦਾ ਬਚਨ ਯਾਦ ਆਇਆ, ਸੰਤਾਂ ਨੇ ਕਿਹਾ ਸੀ ਜੇ ਮਜ਼ਦੂਰੀ ਕਰਨੀ ਪਵੇ ਕਰ ਲੈਣੀ, ਇਹ ਨਾ ਸੋਚੀ ਮੈਂ ਸ਼ਾਹੂਕਾਰ। ਕਹਿਣ ਲੱਗਾ ਹੁਣ ਤਾਂ ਪਤਾ ਨਹੀਂ ਕਿਹੜੇ ਦੇਸ਼ ਜਾਂ ਕਿਹੜੀ ਜਗ੍ਹਾ 'ਤੇ ਆ ਗਏ ਹਾਂ। ਕਹਿੰਦਾ ਹਾਂ ਕਰਾਂਗਾ ਮਜ਼ਦੂਰੀ। ਕਹਿਣ ਲੱਗੇ ਰਾਤੀ ਜੀ ਸਮੁੰਦਰ ਦੇ ਵਿੱਚ ਬਹੁਤ ਹੜ੍ਹ ਆ ਗਿਆ, ਜਿਹਦੇ ਕਰਕੇ ਕੁਝ ਮੌਤਾਂ ਹੋ ਗਈਆਂ ਨੇ, ਤਾਂ ਕਹਿਣ ਲੱਗੇ ਮੁਰਦੇ ਨੂੰ ਆ ਉਹਨੂੰ ਛੱਡ ਕੇ ਆਉਣਾ ਜਿਵੇਂ ਸ਼ਮਸ਼ਾਨ ਘਾਟ ਤੱਕ, ਅਤੇ ਤੈਨੂੰ ਡਬਲ ਮਜ਼ਦੂਰੀ ਦੇਵਾਂਗੇ। ਉਹ ਸ਼ਾਹੂਕਾਰ ਅਤੇ ਨੌਕਰ ਦੋਵੇਂ ਮੁਰਦਾ ਚੱਕਿਆ ਅਤੇ ਪੈਸੇ ਲੈ ਕੇ ਮਜ਼ਦੂਰੀ ਛੱਡਣ ਜਾ ਰਹੇ ਨੇ।
ਸ਼ਾਹੂਕਾਰ ਲੈ ਕੇ ਜਾ ਰਿਹਾ, ਕਹਿਣ ਲੱਗੇ